ਭਾਰਤ ਵਿੱਚ ਦੋ ਸਾਲਾਂ ਦੌਰਾਨ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ 423 ਏਕੜ ਥਾਂ ਖਾਲੀ ਕੀਤੀ ਗਈ ਹੈ। ਇਹ ਤਕਰੀਬਨ 320 ਫੁੱਟਬਾਲ ਮੈਦਾਨਾਂ ਦੇ ਬਰਾਬਰ ਹੈ। ਇਥਾਵਾ ਅਕਤੂਬਰ 2021 ਤੋਂ ਇਸ ਸਾਲ ਜੁਲਾਈ ਤੱਕ ਧੀਸ਼ਵਰ ਦੇ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚੋਂ ਖਾਲੀ ਕਰਵਾਈਆਂ ਗਈਆਂ ਨੇ। ਕੰਪਿਊਟਰ, ਪ੍ਰਿੰਟਰ, ਮੇਜ਼, ਕੁਰਸੀਆਂ, ਅਲਮਾਰੀਆਂ ਤੇ ਵਾਹਨਾ ਵਰਗੇ ਪੁਰਾਣੇ ਅਤੇ ਵਰਤੋਂ ਵਿੱਚ ਨਾ ਲਿਆਏ ਜਾਣ ਵਾਲੇ ਸਾਜ-ਸਮਾਨ ਨੂੰ ਹਟਾ ਕੇ ਇਹ ਪ੍ਰਾਪਤੀ ਹਾਸਲ ਕੀਤੀ ਗਈ ਹੈ। ਪ੍ਰਸ਼ਾਸਨਿਕ ਸੁਧਾਰਾਂ ਤੇ ਜਨਤਕ ਸ਼ਿਕਾਇਤ ਵਿਭਾਗ ਅਨੁਸਾਰ ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਉਸ ਦੇ ਨਾਲ ਦਫ਼ਤਰਾਂ ਵਿੱਚ तकरीबन 90% ਫਾਈਲਾਂ ਇਲੈਕਟ੍ਰੋਨਿਕ ਤਰੀਕੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਨੇ